ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਸੰਗਤ ਜੀ, ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲੇਗੀ, ਬਹੁਤ ਵੱਡਾ ਗਿਆਨ ਮਿਲਣਾ ਹੈ। ਜਾਂ ਇੰਝ ਕਹਿ ਲਈਏ ਕਿ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਦਾ ਹੱਲ ਅੱਜ ਦੀ ਇਸ ਵੀਡੀਓ ਦੇ ਵਿੱਚ ਛੁਪਿਆ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਨਾਮ ਦੀ, ਉਸ ਸ਼ਬਦ ਬਾਰੇ ਗੱਲ ਕਰਨ ਜਾ ਰਹੇ ਹਾਂ, ਜਿਸ ਨਾਮ ਦਾ ਜਾਪ ਕਰਕੇ, ਜਿਸ ਸ਼ਬਦ ਦਾ ਜਾਪ ਕਰਕੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਸਕਦੇ ਆ। ਤੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਸਭ ਤੋਂ ਪਹਿਲਾਂ ਇੱਕ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਹ ਸਾਖੀ ਹੈ ਸੰਤ ਕਬੀਰ ਜੀ ਦੇ ਸਮੇਂ ਦੀ। ਕਹਿੰਦੇ ਸੰਤ ਕਬੀਰ ਜੀ ਦੇ ਕੋਲ ਜਦ ਵੀ ਸੰਗਤ ਆਉਂਦੀ ਤਾਂ ਸੰਤ ਜੀ ਦੇ ਲਈ ਕੋਈ ਮਾਇਆ ਲੈ ਕੇ ਆਉਂਦਾ, ਕੋਈ ਤੋਹਫ਼ਾ ਲੈ ਕੇ ਆਉਂਦਾ। ਸੰਤ ਜੀ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਕਿ ਸੰਗਤ ਮਾਇਆ ਲੈ ਕੇ ਆਵੇ ਜਾਂ ਤੋਹਫ਼ੇ ਲੈ ਕੇ ਆਵੇ। ਸੰਤ ਜੀ ਬੜਾ ਮਨਾ ਕਰਦੇ, ਪਰ ਸੰਗਤ ਦਾ ਪਿਆਰ ਜਿਤਾਉਣ ਦਾ ਇੱਕ ਆਪਣਾ ਤਰੀਕਾ ਸੀ। ਉਹ ਜ਼ਬਰਦਸਤੀ ਸੰਤ ਜੀ ਦੇ ਅੱਗੇ ਮਾਇਆ ਭੇਟ ਕਰ ਜਾਂਦੇ, ਤੋਹਫ਼ੇ ਭੇਟ ਕਰ ਜਾਂਦੇ। ਸੰਤ ਜੀ ਉਸ ਮਾਇਆ ਵੱਲ ਦੇਖਦੇ ਤੱਕ ਨਹੀਂ ਸੀ, ਉਸ ਮਾਇਆ ਨੂੰ ਲੋੜਵੰਦਾਂ ਦੇ ਵਿੱਚ ਵੰਡ ਦਿੰਦੇ। ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਸੰਤ ਜੀ ਆਪਣੇ ਵਿਚਾਰਾਂ ਨਾਲ ਸੰਗਤ ਨੂੰ ਨਿਹਾਲ ਕਰ ਰਹੇ ਸੀ ਤਾਂ ਉਹਨਾਂ ਦਾ ਧਿਆਨ ਪੱਥਰ ਤੋੜ ਰਹੇ ਮਜ਼ਦੂਰਾਂ ਤੇ ਪੈ ਗਿਆ। ਕਹਿੰਦੇ ਸੰਤ ਕਬੀਰ ਜੀ ਨੇ ਪਹਿਲਾਂ ਮਾਇਆ ਵੱਲ ਵੇਖਿਆ, ਫਿਰ ਮਜ਼ਦੂਰਾਂ ਵੱਲ ਵੇਖਿਆ, ਫਿਰ ਮਨ ਵਿੱਚ ਇਹ ਖਿਆਲ ਆਇਆ ਕਿ ਇਹ ਮਜ਼ਦੂਰ ਪੈਸੇ ਦੀ ਖਾਤਰ ਕਿੰਨੀ ਧੁੱਪ ਦੇ ਵਿੱਚ ਪੱਥਰ ਤੋੜ ਰਹੇ ਆ। ਸੰਤ ਜੀ ਦੇ ਮਨ ਦੇ ਵਿੱਚ ਇੱਕ ਵਿਉਂਤ ਸੁੱਜੀ, ਕਿਹਾ ਕਿ ਅੱਜ ਇਹਨਾਂ ਦਾ ਕੰਮ ਸੌਖਾ ਕਰ ਦਿੰਨੇ ਆ। ਕਹਿੰਦੇ ਸੰਤ ਜੀ ਨੇ ਸਾਰੇ ਮਜ਼ਦੂਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਭਾਈ ਅੱਜ ਤੁਹਾਨੂੰ ਪੱਥਰ ਤੋੜਨ ਦੀ ਲੋੜ ਨਹੀਂ ਆ, ਅੱਜ ਤੁਸੀਂ ਸ਼ਾਮੇ ਬੈਠ ਕੇ ਸਾਡਾ ਇੱਕ ਕੰਮ ਕਰੋ, ਤੁਹਾਨੂੰ ਮਜ਼ਦੂਰੀ ਅਸੀਂ ਦਵਾਂਗੇ। ਉਹ ਮਜ਼ਦੂਰ ਕਹਿਣ ਲੱਗੇ, ਸੰਤ ਜੀ ਸਾਨੂੰ ਤਾਂ ਕੰਮ ਦੇ ਨਾਲ ਮਤਲਬ ਆ, ਸਾਨੂੰ ਤਾਂ ਸ਼ਾਮ ਨੂੰ ਮਜ਼ਦੂਰੀ ਚਾਹੀਦੀ ਆ, ਪੈਸਾ ਚਾਹੀਦਾ ਏ, ਜਿਹਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਏ, ਕੰਮ ਤੁਸੀਂ ਕਰਾਓ, ਕੋਈ ਹੋਰ ਕਰਾਵੇ, ਕੋਈ ਫਰਕ ਨਹੀਂ ਪੈਂਦਾ। ਸੰਤ ਜੀ ਨੇ ਕਿਹਾ, ਭਾਈ ਬਸ ਅੱਜ ਤੁਸੀਂ ਇਹ ਪੱਥਰ ਨਹੀਂ ਤੋੜਨੇ, ਸਾਡਾ ਕੰਮ ਕਰਨਾ ਹੈ ਅਤੇ ਕੰਮ ਵੀ ਬੜਾ ਸੌਖਾ ਏ, ਸ਼ਾਮੇ ਬੈਠ ਕੇ ਕਰਨਾ ਏ। ਕਹਿੰਦੇ ਮਜ਼ਦੂਰ ਕਹਿਣ ਲੱਗੇ, ਸੰਤ ਜੀ ਤੁਸੀਂ ਕੰਮ ਦੱਸੋ। ਸੰਤ ਜੀ ਨੇ ਸਭ ਦੇ ਹੱਥ ਦੇ ਵਿੱਚ ਇੱਕ ਇੱਕ ਮਾਲਾ ਫੜਾ ਦਿੱਤੀ, ਕਿਹਾ ਕਿ ਸ਼ਾਮ ਨੂੰ ਬੈਠ ਕੇ ਨਾਮ ਜਪਣਾ ਏ। ਕਹਿੰਦੇ ਉਹਨਾਂ ਨੇ ਕਿਹਾ, ਠੀਕ ਹੈ ਸੰਤ ਜੀ, ਸਾਨੂੰ ਮਜ਼ਦੂਰੀ ਦੇ ਦਿਓ, ਅਸੀਂ ਨਾਮ ਜਪ ਲੈਂਦੇ ਹਾਂ। ਕਹਿੰਦੇ ਸਭ ਨੂੰ ਬੜੇ ਆਰਾਮਦਾਇਕ ਜਗ੍ਹਾ ਦੇ ਉੱਤੇ ਬਿਠਾ ਦਿੱਤਾ ਗਿਆ, ਸਭ ਨੇ ਮਾਲਾ ਫੜ ਲਈ, ਨਾਮ ਜਪਣਾ ਸ਼ੁਰੂ ਕਰ ਦਿੱਤਾ। 15-20 ਮਿੰਟ ਤਾਂ ਬੜਾ ਵਧੀਆ ਬੈਠੇ ਰਹੇ, ਪਰ 15-20 ਮਿੰਟ ਬਾਅਦ ਸਭ ਦੇ ਵਿੱਚ ਹਿੱਲ ਜੁੱਲ ਹੋਣੀ ਸ਼ੁਰੂ ਹੋ ਗਈ। ਹੁਣ ਉਹਨਾਂ ਨੂੰ ਬੈਠਣਾ ਬਹੁਤ ਔਖਾ ਲੱਗ ਰਿਹਾ ਸੀ। ਕਹਿੰਦੇ ਕਰਦਿਆਂ ਕਰਦਿਆਂ ਔਖੇ ਸੌਖੇ 1 ਘੰਟਾ ਕੱਢਿਆ, ਫਿਰ ਸਾਰੇ ਹੀ ਉੱਠ ਕੇ ਆ ਗਏ। ਸਭ ਨੇ ਆ ਕੇ ਸੰਤ ਕਬੀਰ ਜੀ ਨੂੰ ਮੱਥਾ ਟੇਕਿਆ, ਉਹਨਾਂ ਦੀਆਂ ਦਿੱਤੀਆਂ ਮਾਲਾ ਉਹਨਾਂ ਦੇ ਅੱਗੇ ਰੱਖ ਦਿੱਤੀਆਂ ਅਤੇ ਕਿਹਾ, ਸੰਤ ਜੀ ਸਾਨੂੰ ਮਾਫ ਕਰ ਦਿਓ, ਸਾਡੇ ਤੋਂ ਇਹ ਕੰਮ ਨਹੀਂ ਹੁੰਦਾ, ਸਾਨੂੰ ਤਾਂ ਧੁੱਪ ਦੇ ਵਿੱਚ ਪੱਥਰ ਤੋੜਨੇ ਸੌਖੇ ਆ, ਪਰ ਤੁਹਾਡਾ ਇਹ ਕੰਮ ਕਰਨਾ ਬਹੁਤ ਔਖਾ ਏ, ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ। ਕਹਿੰਦੇ ਸੰਤ ਜੀ ਬੜੇ ਹੈਰਾਨ ਹੋਏ ਕਿ ਕਮਾਲ ਦੀ ਗੱਲ ਆ, ਧੁੱਪ ਦੇ ਵਿੱਚ ਪੱਥਰ ਤੋੜਨੇ ਸੌਖੇ ਆ ਅਤੇ ਨਾਮ ਜਪਣਾ ਔਖਾ ਏ। ਅਤੇ ਆਪਾਂ ਆਪ ਜੀ ਦੇ ਨਾਲ ਇਹ ਸਾਖੀ ਇਸ ਕਰਕੇ ਸਾਂਝੀ ਕੀਤੀ ਕਿਉਂਕਿ ਆਪਣਾ ਵੀ ਹਾਲ ਉਹਨਾਂ ਮਜ਼ਦੂਰਾਂ ਵਾਲਾ ਹੈ, ਸਾਨੂੰ ਵੀ ਨਾਮ ਜਪਣਾ ਔਖਾ ਲੱਗਦਾ ਏ।
ਪਰ ਮਹਾਂਪੁਰਖ ਜੀ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ, ਜ਼ਿੰਦਗੀ ਦੀਆਂ ਜੋ ਵੀ ਸਮੱਸਿਆਵਾਂ ਨੇ ਨਾ, ਉਹਨਾਂ ਦਾ ਹੱਲ ਗੁਰੂ ਦੇ ਗਿਆਨ ਅਤੇ ਧਿਆਨ ਦੇ ਵਿੱਚ ਆ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰੂ ਦਾ ਗਿਆਨ ਸਾਨੂੰ ਮਿਲਦਾ ਹੈ। ਜਦੋਂ ਅਸੀਂ ਗੁਰੂ ਦਾ ਧਿਆਨ ਧਰ ਕੇ ਬੈਠਦੇ ਹਾਂ, ਸਾਡਾ ਮਨ ਮਜ਼ਬੂਤ ਹੁੰਦਾ ਹੈ। ਪਰ ਅਸੀਂ ਗਿਆਨ ਧਿਆਨ ਦੋਵਾਂ ਤੋਂ ਹੀ ਦੂਰ ਭੱਜਦੇ ਹਾਂ। ਮਹਾਂਪੁਰਖ ਜੀ ਕਹਿੰਦੇ ਰੋਜ਼ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ, ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ, ਤਾਂ ਜ਼ਿੰਦਗੀ ਇੰਨੀ ਤੇਜ਼ੀ ਦੇ ਨਾਲ ਬਦਲਾਵ ਆਉਂਦਾ ਹੈ। ਜੇ ਸੁੱਖ ਵੇਲੇ ਨਹੀਂ ਜਪਿਆ, ਜੇ ਦੁੱਖ ਦੀ ਘੜੀ ਆ ਗਈ ਆ, ਕੋਈ ਮੁਸ਼ਕਲ ਘੜੀ ਆ ਗਈ ਆ, ਹੁਣ ਹੀ ਗੁਰੂ ਵੱਲ ਮੂੰਹ ਕਰ ਲਈਏ। ਜਦੋਂ ਵੀ ਕਿਤੇ ਕੋਈ ਵੀ ਦੁੱਖ ਦੀ ਘੜੀ ਹੋਵੇ ਤਾਂ ਇੱਧਰ ਉੱਧਰ ਭਟਕਣ ਦੇ ਨਾਲੋਂ ਗੁਰੂ ਦੇ ਲੜ ਲੱਗਣਾ ਹੈ। ਮਹਾਂਪੁਰਖ ਜੀ ਕਹਿੰਦੇ ਜੋ ਕਹਿੰਦੇ ਆ ਨਾ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਕਰਕੇ ਦੇਖ ਲਿਆ, ਧਾਗੇ ਤਵੀਤ ਟੂਣੇ ਟੋਟ ਕੇ ਕਰਕੇ ਦੇਖ ਲਏ, ਪਰ ਸਾਨੂੰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਨਹੀਂ ਮਿਲੇ, ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਸਕੂਨ ਨਹੀਂ ਆਇਆ। ਕਈਆਂ ਦੇ ਕੋਲ ਧਨ ਦੌਲਤ ਬਹੁਤ ਆ ਪਰ ਮਨ ਦਾ ਸਕੂਨ ਨਹੀਂ ਆ। ਮਹਾਂਪੁਰਖ ਜੀ ਕਹਿੰਦੇ 40 ਦਿਨ ਲਗਾਤਾਰ ਨਾਮ ਜਪ ਕੇ ਦੇਖੋ, 40 ਦਿਨ ਲਗਾਤਾਰ ਅੰਮ੍ਰਿਤ ਵੇਲੇ ਉੱਠ ਕੇ ਇੱਕ ਪਾਠ ਜਪਜੀ ਸਾਹਿਬ ਜੀ ਦਾ ਕਰ ਲਓ। ਜਪਜੀ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ, 108 ਮਣਕਾ ਮਾਲਾ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ, ਭਾਵ ਕਿ 20-25 ਮਿੰਟ ਬੈਠ ਕੇ ਪਿਆਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ। ਜੇ 20-25 ਮਿੰਟ ਬੈਠ ਕੇ ਨਾਮ ਨਹੀਂ ਜਪ ਸਕਦੇ, ਸ਼ੁਰੂਆਤ 5-10-15 ਮਿੰਟ ਤੋਂ ਹੀ ਕਰ ਲਈਏ, ਜਿਸ ਦਿਨ ਤੋਂ ਨਾਮ ਦੇ ਨਾਲ ਜੁੜ ਕੇ ਭਲਾ ਹੋਣਾ ਸ਼ੁਰੂ ਹੋ ਜਾਣਾ ਹੈ। ਜੋ ਕਹਿੰਦੇ ਨੇ ਸਾਨੂੰ ਕੁਝ ਵੀ ਸਮਝ ਨਹੀਂ ਆਉਂਦਾ, ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰੋ, ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ, ਨਾ ਕਰੀ ਕਿਸੇ ਦੇ ਮੋਹਤਾਜ ਜੀ। ਭਾਵ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜ ਜਾਈਏ। ਜੇ ਕਿਸੇ ਨੂੰ ਗੁਰਬਾਣੀ ਦਾ ਪਾਠ ਕਰਨਾ ਨਹੀਂ ਆਉਂਦਾ, ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰਨਾ ਆਉਂਦਾ, ਉਹ ਸਿਰਫ ਤੇ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਸ਼ੁਰੂ ਕਰ ਦੇਵੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਸ਼ੁਰੂ ਕਰ ਦੇਵੇ, ਅੰਮ੍ਰਿਤ ਵੇਲੇ ਉੱਠ ਕੇ ਲਗਾਤਾਰ 40 ਦਿਨ, ਬਸ 10-15 ਮਿੰਟ ਕੱਢਣੇ ਸ਼ੁਰੂ ਕਰ ਦਿਓ, ਦੇਖਣਾ ਇਹ 40 ਦਿਨਾਂ ਦੇ ਵਿੱਚ ਜ਼ਿੰਦਗੀ ਵੀ ਬਦਲੇਗੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਸੱਚਾ ਨਾਮ ਜ਼ਿੰਦਗੀ ਭਰ ਦੇ ਲਈ ਪੱਕਾ ਹੋ ਜਾਵੇਗਾ। ਕਿਉਂਕਿ ਜੋ ਮਨੁੱਖ ਲਗਾਤਾਰ 40 ਦਿਨ ਤੱਕ ਕੋਈ ਵੀ ਕੰਮ ਕਰ ਲੈਣਾ, ਉਹ ਕੰਮ ਕਰਨਾ ਉਹਨਾਂ ਦੀ ਆਦਤ ਉਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ, ਉਸ ਕੰਮ ਨੂੰ ਕੀਤੇ ਤੋਂ ਬਿਨਾਂ ਨਹੀਂ ਰਹਿ ਸਕਦੇ। ਤਾਂ ਜੇਕਰ ਆਪਾਂ ਲਗਾਤਾਰ 40 ਦਿਨ ਅੰਮ੍ਰਿਤ ਵੇਲੇ ਉੱਠ ਲਈਏ, 40 ਦਿਨ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੀਏ, ਮੂਲ ਮੰਤਰ ਜੀ ਦਾ ਜਾਪ ਕਰੀਏ, ਤਾਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ, 40 ਦਿਨਾਂ ਤੋਂ ਬਾਅਦ ਤੁਸੀਂ ਇਹ ਨੇਮ ਛੱਡ ਨਹੀਂ ਪਾਓਗੇ, ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਨੂੰ ਛੱਡਣ ਹੀ ਨਹੀਂ ਦੇਣਾ, ਇੰਨੀ ਕਿਰਪਾ ਹੋ ਜਾਵੇਗੀ। ਮਹਾਂਪੁਰਖ ਜੀ ਜਦੋਂ ਵੀ ਕੋਈ ਪਾਠ ਸ਼ਬਦ 40 ਦਿਨ ਕਰਨ ਦੇ ਲਈ ਕਹਿੰਦੇ ਆ ਨਾ, ਉਹ ਇਸੇ ਕਰਕੇ ਕਹਿੰਦੇ ਆ ਵੀ ਜੋ ਕੰਮ ਲਗਾਤਾਰ 40 ਦਿਨ ਕਰ ਲਈਏ ਉਹ ਸਾਡੀ ਆਦਤ ਸਾਡਾ ਸੁਭਾਅ ਬਣ ਜਾਂਦਾ ਹੈ। ਤਾਂ ਨਾਮ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਆ, ਨਾਮ ਜਪਣਾ ਪੈਣਾ ਹੈ, ਜਿੱਥੇ ਮਰਜ਼ੀ ਭੱਜ ਲਈਏ ਆਖਰਕਾਰ ਸਹਾਈ ਨਾਮ ਨੇ ਹੋਣਾ ਹੈ। ਤਾਂ ਫਿਰ ਹੁਣ ਹੀ ਸ਼ੁਰੂਆਤ ਕਰੀਏ, ਜੇ ਜ਼ਿੰਦਗੀ ਵਿੱਚ ਸੁੱਖ ਦੀ ਘੜੀ ਚੱਲ ਰਹੀ ਆ ਤਾਂ ਨਾਮ ਜਪ ਜਪ ਕੇ ਮਾਲਕ ਦਾ ਸ਼ੁਕਰਾਨਾ, ਜੇ ਦੁੱਖ ਦੀ ਘੜੀ ਚੱਲ ਰਹੀ ਆ ਤਾਂ ਨਾਮ ਜਪ ਜਪ ਕੇ ਮਾਲਕ ਅੱਗੇ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਤੁਸੀਂ ਹੀ ਰਸਤਾ ਦਿਖਾਉਣਾ ਹੈ, ਤੁਸੀਂ ਰਾਹ ਦਿਖਾਉਣਾ ਹੈ।
ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋਵੇਗਾ। ਕੁਝ ਲੋਕ ਮਾਇਆ ਦੇ ਪਿੱਛੇ ਧਨ ਦੌਲਤ ਦੇ ਪਿੱਛੇ ਇੱਧਰ ਉੱਧਰ ਭਟਕਦੇ ਨੇ। ਮਹਾਂਪੁਰਖ ਜੀ ਕਹਿੰਦੇ ਇਹ ਧਨ ਦੌਲਤ ਮਾਇਆ ਸਭ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਦਾਸ ਦਾਸੀਆਂ ਨੇ। ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਭਰੋਸੇ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਈਏ, ਜਿਸ ਵੀ ਭਾਵਨਾ ਦੇ ਨਾਲ ਜਪਾਂਗੇ ਜੋ ਵੀ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਉਹ ਵੀ ਦਿੰਦੇ ਆ, ਅਤੇ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਆਪਣੀ ਮਰਜ਼ੀ ਦੇ ਨਾਲ ਵੀ ਬਹੁਤ ਕੁਝ ਦਿੰਦੇ ਆ। ਇਹ ਧਨ ਦੌਲਤ ਦੇ ਤਾਂ ਘਰ ਵਿੱਚ ਢੇਰ ਲੱਗ ਜਾਣਗੇ ਜੇ ਕਿਤੇ ਸੱਚੇ ਮਨ ਦੇ ਨਾਲ ਗੁਰੂ ਦੇ ਨਾਮ ਨਾਲ ਜੁੜ ਜਾਈਏ, ਸੁੱਖ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ। ਫਿਰ ਆਓ ਕੱਲ੍ਹ ਤੋਂ ਹੀ ਸ਼ੁਰੂਆਤ ਕਰੀਏ। ਕੱਲ੍ਹ ਹੈ ਵਿਸਾਖ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ, ਕੱਲ੍ਹ ਤੋਂ ਹੀ ਇਹ ਸ਼ੁਭ ਕੰਮ ਦੀ ਸ਼ੁਰੂਆਤ ਕਰੀਏ। ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੀਏ, ਉੱਠ ਕੇ ਨਾਮ ਜਪਣਾ ਸ਼ੁਰੂ ਕਰੀਏ। ਪੂਰਨਮਾਸ਼ੀ ਵਾਲੇ ਦਿਨ ਤੋਂ ਲਗਾਤਾਰ 40 ਦਿਨ ਤੱਕ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਨਾਮ ਜਿਹੜਾ ਮਰਜ਼ੀ ਜਪ ਲਓ, ਗੁਰਬਾਣੀ ਦਾ ਪਾਠ ਕਰ ਲਓ, ਵਾਹਿਗੁਰੂ ਸਿਮਰਨ ਕਰ ਲਓ, ਮੂਲ ਮੰਤਰ ਜੀ ਦਾ ਜਾਪ ਕਰ ਲਓ, ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨਾਲ ਜੁੜ ਜਾਓ, ਅੱਗੋਂ ਸਤਿਗੁਰ ਸੱਚੇ ਪਾਤਸ਼ਾਹ ਆਪੇ ਹੀ ਸਭ ਕਿਰਪਾ ਕਰ ਦੇਣਗੇ।